ਜਰਨਲ ਸਿੰਘ ਕੈਨੇਡਾ ਵਾਲਿਆਂ ਦੀ ਕਹਾਣੀ ਪੱਤਿਆਂ ਨਾਲ ਟਕੇ ਜਿਸਮ ਦਾ ਆਖਰੀ ਪਾਖ ਟੀਵੀ ਚੈਨਲਾਂ ਤੇ ਫੈਸ਼ਨ ਮੈਗਜ਼ੀਨਾਂ ਵਾਲਿਆਂ ਮਨੀਸ਼ਾ ਨੂੰ ਖੁਸ਼ਾਮਦੀ ਰੱਖਦੇ ਆ ਉਸ ਵਿੱਚ ਲੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਸਨ ਟੋਰਾਂਟੋ ਦੀ ਇੱਕ ਨਾਮਵਰ ਅਖਬਾਰ ਦੇ ਕਾਲਮ ਨਵੀਸ ਨੇ ਸ਼ੋ ਬਾਬਤ ਲਿਖੇ ਲੇਖ ਵਿੱਚ ਉਸ ਨੂੰ ਸੱਚਮੁੱਚ ਹੀ ਆਕਾਸ਼ੋਂ ਉਤਰੀ ਪ੍ਰੇਖਾਰ ਦਿੱਤਾ ਸੀ ਸ਼ੁਰੂ ਦੇ ਵੱਡੇ ਸ਼ੋਅਾਂ 'ਚ ਮਨੀਸ਼ਾ ਜਦੋਂ ਰੈਂਪ ਤੇ ਚੜਦੀ ਤਾਂ ਕੁਝ ਘਬਰਾ ਜਾਂਦੀ। ਹੋਰ ਮਾਡਲਾਂ ਵਾਂਗੂ ਨੇ ਮਹਿਰਵਾਨਾਂ ਦੇ ਸੂਟੇ ਲਾਉਣੇ ਸ਼ੁਰੂ ਕਰ ਦਿੱਤੇ। ਸੂਟੇ ਉਹਨੂੰ ਹੁਲਾਸ ਨਾਲ ਭਰ ਦਿੰਦੇ ਪਰ ਡਰੱਗੀ ਹੋ ਚੁੱਕੀਆ ਮਾਡਲਾਂ ਬਾਰੇ ਸੋਚਦੇ ਆ ਉਹ ਅਪਸੈਟ ਹੋ ਜਾਂਦੀ। ਵਾਲਟਰ ਦੀ ਡਿਜ਼ਾਈਨ ਸ਼ੈਲੀ ਵੀ ਉਹਨੂੰ ਪਰੇਸ਼ਾਨ ਕਰਦੀ ਰਹਿੰਦੀ। ਕਾਉਂਸਲ ਆਫ ਫੈਸ਼ਨ ਡਿਜ਼ਾਈਨਰ ਆਫ ਨਾਰਥ ਅਮਰੀਕਾ ਵੱਲੋਂ ਸਨਮਾਨਿਤ ਤੇ ਪੈਰੀ ਐਲਿਸਪੋਰਟਸ ਉਵੇਰ ਕੰਪਨੀ ਦਾ ਮੀਤ ਪ੍ਰਧਾਨ ਵਾਲਟਰ ਜ਼ਿਆਦਾ ਸਮਾਂ ਖੇਡ ਪੁਸ਼ਾਕਾਂ ਦਾ ਡਿਜ਼ਾਈਨਰ ਰਿਹਾ ਸੀ। ਉਹਦੀ ਡਿਜ਼ਾਈਨਿੰਗ 'ਚ ਨਜ਼ਾਕਤ ਘੱਟ ਸੀ, ਤਾਕਤ ਤੇ ਜੋਸ਼ ਵੱਧ। ਉਹਦੇ ਰੰਗਾਂ ਦੀ ਚੋਣ ਤਾਂ ਵਧੀਆ ਸੀ ਪਰ ਪੁਸ਼ਾਕਾਂ ਦੀਆਂ ਲਾਈਨਾਂ ਦੇ ਡੂੰਗੇ, ਤਿਰਛੇ ਕੱਟ ਸੋਝ ਵਾਲੇ ਹੋਣ ਦੀ ਤਾਂ ਪ੍ਰਦਰਸ਼ਨ ਵਾਲੇ ਸਨ। ਮਨੀਸ਼ਾ ਦੇ ਆਪਣੀ ਪੁਸ਼ਾਕ 'ਚ ਮਾੜੀ-ਮੋਟੀ ਤਬਦੀਲੀ ਕਰਾਉਣ ਦੇ ਸੁਝਾਅ ਨੂੰ ਕਦੀ ਉਹ ਮੰਨ ਲੈਂਦਾ, ਕਦੀ ਰੱਦ ਕਰ ਦਿੰਦਾ। ਕਰ ਮਨੀਸ਼ਾ ਆਪਣੀ ਪੇਸ਼ਕਾਰੀ ਵਿੱਚ ਚਿਹਰੇ ਖਾਸ ਕਰਕੇ ਅੱਖਾਂ ਤੇ ਹੋਠਾਂ ਦੇ ਹੱਬ ਭਰਾਈ ਨਾਰੀ ਤਵ ਦਾ ਰੰਗ ਵੀ ਭਰ ਦਿੰਦੀ ਤੇ ਉਹਦੀ ਇਹ ਵਿਸ਼ੇਸ਼ਤਾ ਨਵੇਕਲੀ ਪਛਾਣ ਵਾਲੀ ਮਾਡਲ ਵਜੋਂ ਉੱਭਰ ਰਹੀ ਸੀ ਟੋਰਾਂਟੋ ਵੈਂਕੂਵਰ ਮੰਟਰੀਅਲ ਸ਼ਿਕਾਗੋ ਤੇ ਨਿਊਯਾਰਕ ਵਰਗੇ ਸ਼ਹਿਰਾਂ ਦੇ ਫੈਸ਼ਨ ਸ਼ੋਅ ਕਰਦਿਆਂ ਉਹਦੀ ਚੰਗੀ ਚਰਚਾ ਹੋਣ ਲੱਗ ਪਈ ਸੀ ਤੇ ਚਰਚਾ ਦੇ ਨਸ਼ੇ ਨੇ ਉਹਨੂੰ ਮਹਿਰਵਾਨਾਂ ਤੋਂ ਛੁਟਕਾਰਾ ਦਿੱਤਾ ਸੀ ਪਹਿਲਾ ਅਪਾਰਟਮੈਂਟ ਛੱਡ ਕਿਉਂ ਨਹੀਂ ਕਿ ਵਧੀਆ ਬਿਲਡਿੰਗ ਜਿਸ ਵਿੱਚ ਸਵਿਮਿੰਗ ਪੂਲ ਵਰਗੀਆਂ ਸੁਵਿਧਾਵਾਂ ਸਨ ਅਪਾਰਟਮੈਂਟ ਕਿਰਾਏ ਤੇ ਲੈ ਲਿਆ ਉਹ ਨੇਮ ਨਾਲ ਜਿਮ ਜਾਂਦੀ ਤੇ ਤੈਰਦੀ ਇਸੇ ਦੌਰਾਨ ਉਹਨੇ ਦਿਲ ਦਾ ਮਰੀਜ਼ ਬਣ ਚੁੱਕੇ ਡੈਡ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਦੀ ਨਾਂ ਪੱਥਰ ਤੇ ਲਕੀਰ ਸੀ ਮਾਂ ਤੇ ਮਿਲਣੀਆਂ ਸਨ ਮਨੀਸ਼ਾ ਦੇ ਅਪਾਰਟਮੈਂਟ 'ਚ ਸੁਧੀਰ ਦੇ ਦੂਜੇ ਵਿਆਹ ਦੀ ਖਬਰ ਸੁਣ ਕੇ ਮਨੀਸ਼ਾ ਦੇ ਦਿਲ ਨੂੰ ਝਟਕਾ ਲੱਗਾ ਸੀ ਪਰ ਨਾਲ ਹੀ ਗੁਮਾਨ ਵੀ ਉੱਭਰ ਆਇਆ ਸੀ ਸੁਧੀਰ ਨਾਲੋਂ ਟੁੱਟ ਕੇ ਉਹ ਹਾਰੀ ਨਹੀਂ ਸੀ ਆਪਣੇ ਲਕਸ਼ ਅਨੁਸਾਰ ਸਫਲ ਮਾਡਲ ਬਣ ਚੁੱਕੀ ਸੀ ਉਹਦੀ ਦੇਹੀ ਤੇ ਨਜ਼ਰ ਰੱਖਣ ਵਾਲੇ ਫੈਸ਼ਨ ਸ਼ੋ ਪ੍ਰੋਡਿਊਸਰਾਂ ਫੈਸ਼ਨ ਮੈਗਜ਼ੀਨ ਦੇ ਐਡੀਟਰਾਂ ਤੇ ਹੋਰਨਾਂ ਨੂੰ ਉਹਨੇ ਠਰੀ ਮੁਸਕਰਾਟ ਹੀ ਦਿੱਤੀ ਸੀ ਉਹ ਕਲਾ ਦੇ ਜ਼ੋਰ ਤੇ ਅੱਗੇ ਵਧਣਾ ਚਾਹੁੰਦੀ ਸੀ ਪਰ ਇੱਕ ਪੜਾਅ ਤੇ ਪਹੁੰਚ ਕੇ ਉਹਨੇ ਮਹਿਸੂਸ ਕੀਤਾ ਸੀ ਕਿ ਉਹਦੇ ਨਾਲ ਵਾਲੀਆਂ ਉਹ ਤੋਂ ਮੂਰੇ ਨਿਕਲ ਗਈਆਂ ਸਨ ਉਹਦੀਆਂ ਤਸਵੀਰਾਂ ਮਸਾਂ 50 ਮੈਗਜ਼ੀਨਾਂ 'ਚ ਛਪੀਆਂ ਸਨ ਜਦਕਿ ਉਹਦੇ ਮੁਕਾਬਲੇ ਵਾਲੀਆਂ ਦੀਆਂ 100-100 ਮੈਗਜ਼ੀਨਾਂ 'ਚ ਛਪ ਚੁੱਕੀਆਂ ਸਨ ਆਪਣੀ ਮਾਇੂਸੀ ਜਦੋਂ ਨੇ வால்ਟਰ ਕੋਲਜ਼ਾਰ ਕੀਤੀ ਤਾਂ ਉਹਨੇ ਆਖਿਆ ਸੀ ਤੂ ਅੰਗ ਦਿਖਾਉਣ ਤੋਂ ਪਰਹੇਜ਼ ਕਰਦੀ ਹੈ ਪਰ ਕੰਪੀਟੀਸ਼ਨ 'ਚ ਦੂਜੀਆਂ ਨਾਲੋਂ ਮੂਰੇ ਨਿਕਲਣਾ ਚਾਹੁੰਦੀ ਹੈ ਇਹ ਕਿਵੇਂ ਹੋ ਸਕਦਾ ਮਨੀਸ਼ਾ 65 ਪੰਚ 'ਚ ਬੈ ਗਈ ਸੀ ਦੂਜੀਆਂ ਮਾਡਲਾਂ ਨੂੰ ਮਾਤ ਪਾਉਣ ਤੇ ਦੇ ਨਗਨਤਾ ਵਰਗੇ ਤਰੀਕੇ ਉਹਦੀ ਸੋਚ ਨੂੰ ਕਦੀ ਠੀਕ ਜਾਪਣ ਲੱਗ ਪੈਂਦੀ ਤੇ ਕਦੀ ਗਲਤ ਕਦੀ ਟੌਪ ਮਾਡਲ ਤੇ ਸੁਪਰ ਮਾਡਲ ਬਣਨ ਦੀ ਕਾਲ ਭਾਰੂ ਹੋ ਜਾਂਦੀ ਤੇ ਕਦੀ ਕਲਾ ਦੀ ਸਹਿਜਤਾ ਉਹਨਾਂ ਹੀ ਦਿਨਾਂ 'ਚ ਮਨੀਸ਼ਾ ਹੋਰਾਂ ਦੀ ਏਜੰਸੀ ਦਾ ਵਾਲਟਰ ਨਾਲ ਕੰਟਰੈਕਟ ਮੁੱਕ ਗਿਆ ਨਵਾਂ ਕੰਟਰੈਕਟ ਵੇਨ ਫਿਲਪ ਨਾਲ ਹੋ ਗਿਆ ਦਾ ਫੈਸ਼ਨ ਗਰੁੱਪ ਇੰਟਰਨੈਸ਼ਨਲ ਦਾ ਮੈਂਬਰ ਤੇ ਕੋਟੀ ਅਮਰੀਕਨ ਫੈਸ਼ਨ ਕ੍ਰਿਟਿਕਸ ਅਵਾਰਡ ਤੇ ਹਾਲ ਆਫ ਫੇਮ ਵਰਗੇ ਪੁਰਸਕਾਰਾਂ ਨਾਲ ਸਨਮਾਨਤ ਵੇਨ ਫਿਲਪ ਉੱਤਰੀ ਅਮਰੀਕਾ ਦੇ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਵਿੱਚੋਂ ਸੀ ਕੋਲੰਬੀਆ ਯੂਨੀਵਰਸਿਟੀ ਚ ਲਾਈਆਂ ਉਹਦੀਆਂ ਕਾਕਟੇਲ ਡਰੈਸਾਂ ਦੀਆਂ ਨਮائشਾਂ ਨੇ ਵਪਾਰੀਆਂ ਤੇ ਫੈਸ਼ਨ ਸ਼ਾਸਤਰੀਆਂ ਦਾ ਉੱਚਾ ਧਿਆਨ ਖਿੱਚਿਆ ਸੀ ਉਹਦੀ ਡਿਜ਼ਾਈਨ ਸ਼ੈਲੀ ਜਲੌ ਤੇ ਕੋਮਲਤਾ ਤੇ ਥਰਹਾਹਟ ਤੇ ਸੋਝ ਦਾ ਸੁਮੇਲ ਸੀ ਉਤਸ਼ਾਹੀ ਨਿਹਾਰ ਵਾਲੀਆਂ ਉਹਦੀਆਂ ਪੋਸ਼ਾਕਾਂ ਮਾਡਲਾਂ ਨੂੰ ਉਕਸਾਉ ਨਹੀਂ ਰੂਪਵੰਤੀ ਬਣਾਉਂਦੀਆਂ ਸਨ ਵੇਨ ਦੀ ਕਲਾ ਨੂੰ ਪ੍ਰਣਾਇ ਡਿਜ਼ਾਈਨ ਸ਼ੈਲੀ ਮਨੀਸ਼ਾ ਦੀ ਰੂਹ ਨੂੰ ਟੁੰਬਦੀ ਸੀ ਫੋਨ ਦੀ ਘੰਟੀ ਨੇ ਮਨੀਸ਼ਾ ਨੂੰ ਸੋਚਾਂ ਚੋਂ ਬਾਹਰ ਖਿੱਚ ਲਿਆ ਅੱਬੜ ਵਾਇਓ ਨੇ ਆਪਣਾ ਸੈੱਲ ਫੋਨ ਚੁੱਕਿਆ ਪਰ ਘੰਟੀ ਉਹਦੇ ਫੋਨ ਦੀ ਨਹੀਂ ਸੀ ਦਰਅਸਲ ਰੋਜ਼ ਗਾਰਡਨ ਵਿੱਚ ਉਹਦੇ ਕੋਲੋਂ ਲੰਘੇ ਕਿਸੇ ਬੰਦੇ ਦੇ ਫੋਨ ਦੀ ਘੰਟੀ ਸੁਣ ਕੇ ਉਹਦੇ ਮਨ ਅੰਦਰਲੀ ਫੋਨ ਦੀ ਉਡੀਕ ਟੁਣਕ ਪਈ ਸੀ ਉਨੇ ਘੜੀ ਦੇਖੀ ਡੇਢ ਵੱਜ ਚੁੱਕਾ ਸੀ ਤੇ ਵੇਨ ਨੇ ਅਜੇ ਤੱਕ ਉਹਦੀ ਕਾਲ ਨਹੀਂ ਸੀ ਮੁੜੀ ਛੱਟ ਦੇਣੀ ਉਹਨੇ ਵੇਨ ਦਾ ਨੰਬਰ ਦੱਬਿਆ ਪਰ ਕੋਈ ਜਵਾਬ ਨਾ ਮਿਲਿਆ ਬੇਤਾਬੀ ਚ ਸਿਰ ਝਟਕਦਿਆਂ ਉਹਨੇ ਫੇਰ ਸੁਣਿਆ ਛੱਡ ਦਿੱਤਾ ਵੇਨ ਤੂੰ ਮੇਰੇ ਫੋਨ ਦਾ ਜਵਾਬ ਕਿਉਂ ਨਹੀਂ ਦੇ ਰਿਹਾ ਕਿੱਥੇ ਆ ਤੂੰ ਮੈਨੂੰ ਛੇਤੀ ਫੋਨ ਕਰ ਉਹਨੇ ਟੈਕਸੀ ਬੁਲਾਈ ਤੇ ਹੋਟਲ ਨੂੰ ਚੱਲ ਪਈ ਟੈਕਸੀ ਨੂੰ ਹੋਟਲ ਵਿੱਚ ਨੂੰ ਮੁੜਨ ਲਈ ਇੰਤਜ਼ਾਰ ਕਰਨੀ ਪਈ ਸੜਕ ਤੇ ਪੁਲਿਸ ਦੀ ਗੱਡੀ ਦੇ ਪਿੱਛੇ-ਪਿੱਛੇ ਕਾਰਾਂ ਦੀ ੜ ਜਾ ਰਹੀ ਸੀ ਕਿਸੇ ਦਾ ਸਸਕਾਰ ਕਰਨ ਕਾਰਾਂ ਤੇ ਲੱਗੀਆਂ ਤਖਤੀਆਂ ਉੱਤੇ ਲਿਖਿਆ ਫਿਊਨਰਲ ਸ਼ਬਦੋ ਸੰਦਰ ਡੂੰਗਾ ਉਤਰ ਗਿਆ ਉਹਦੇ ਕਦਮ ਕਮਰੇ ਵੱਲ ਵਧ ਰਹੇ ਸਨ ਪਰ ਮਨ ਕਈ ਵਰੀ ਪਿਛਾਂ ਚਲਾ ਗਿਆ ਸੀ ਮਾਤਮੀ ਦੇ ਨੋਦੀਆਂ ਅੱਖਾਂ ਸਾਵੇਂ ਆਖਲ ਹੋਇਆ ਉਹਦੇ ਡੈਡ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਮਮ ਦੇ ਗਲ ਲਾਗੋ ਪੁਬਾ ਮਾਰ ਮਾਰ ਰੋਈ ਸੀ ਫਿਊਨਰਲ ਹੋਮ ਚ ਪਈ ਡੈਡ ਦੀ ਦੇ ਨੂੰ ਡੁੱਲਦੀਆਂ ਅੱਖਾਂ ਨਾਲ ਤੱਕਦਿਆਂ ਉਨੂੰ ਇੰਜ ਲੱਗਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਮੈਂ ਆਪਣੀਆਂ ਪੁਗਾ ਚੱਲਿਆਂ ਜਿਉਂਦੇ ਜੀ ਤੈਨੂੰ ਮੱਥੇ ਨਹੀਂ ਲੱਗਣ ਦਿੱਤਾ ਇੱਕ ਰਿਸ਼ਤੇਦਾਰ ਬੁੜੀ ਦੀ ਕਹੀ ਇਸ ਗੱਲ ਪ੍ਰਦੀਪ ਕੁਮਾਰ ਇੰਨੀ ਛੇਤੀ ਮਰਨ ਵਾਲਾ ਨਹੀਂ ਸੀ ਧੀ ਨੇ ਲੈ ਲਿਆ ਨੇ ਮਨੀਸ਼ਾ ਨੂੰ ਕਾਫੀ ਦੁਖੀ ਕੀਤਾ ਸੀ ਸੁਨੀਤਾ ਦੇ ਦਿਲ ਤੇ ਗਹਿਰੀ ਸੱਟ ਵੱਜੀ ਸੀ ਪਤੀ ਦਾ ਸਾਥ ਸਹਾਰਾ ਸਦਾਲੀ ਮੁੱਕ ਗਿਆ ਸੀ ਮਨੀਸ਼ਾ ਨੇ ਮੋਮ ਦਾ ਢਾਰਸ ਬਣਾਇਆ ਤੇ ਉਹਦਾ ਸਹਾਰਾ ਬਣ ਗਈ ਮੋਮ ਦੇ ਸੋਗ ਤੋਂ ਬਾਹਰ ਆਉਣ ਤੇ ਉਹ ਮੁਰ ਸ਼ਵਾਂਚ ਰੁੱਝ ਗਈ ਸੀ। ਉਹ ਵੇਨ ਨਾਲ ਕੰਮ ਕਰਦੇ ਹਨ ਮਨੀਸ਼ਾ ਉਹਦੀਆਂ ਡਿਜ਼ਾਈਨਿੰਗ ਤੇ ਮੇਕਅਪ ਸਬੰਧੀ ਵਿਸ਼ੇਸ਼ਤਾਵਾਂ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ਤਾ ਬਾਰੇ ਵੀ ਜਾਣ ਚੁੱਕੀ ਸੀ। ਉਹਨੇ ਫੈਸ਼ਨ ਮੀਡੀਏ ਦੇ ਅਹਿਮ ਵਿਅਕਤੀਆਂ ਤੇ ਸ਼ੋ ਪ੍ਰੋਡਿਊਸਰਾਂ ਨਾਲ ਨੇੜਲੇ ਸਬੰਧ ਬਣਾਏ ਹੋਏ ਸਨ। ਪਰ ਉਹ ਮਿਹਨਤ ਕਰਨ ਕਰਾਉਣ ਦਾ ਅਸੂਲੀ ਵੀ ਸੀ। ਮਿਲਾਨ ਦੇ ਤਿੰਨ ਰੋਜ਼ਾ ਫੈਸ਼ਨਸ ਸੈਮੀਨਾਰ ਦੇ ਸ਼ੋ ਦੀਆਂ ਤਿਆਰੀਆਂ 'ਚ ਉਨੇ ਮਨਿਸ਼ਾ ਤੇ ਚੁੱਕਾ ਸਮਲਾਇਆ ਸੀ ਰੈਂਪ ਤੇ ਟੁਰਦਿਆਂ ਅੰਦਾਜ਼ ਨੂੰ ਸ਼ੋਖ ਬਣਾਉਣ ਤੇ ਰੈਂਪ ਦੇ ਅਖੀਰ ਤੇ ਖਲੋ ਕੇ ਬਦਨ ਨੂੰ ਸਜੇ ਖੱਬੇ ਘੁਮਾਉਣ ਵੇਲੇ ਓਵਰ ਪੋਜ਼ਿੰਗ ਦੀ ਪ੍ਰੈਕਟਿਸ ਕਰਵਾਈ ਸੀ ਫੈਸ਼ਨ ਸ਼ੋਅ ਵਾਲੀ ਸ਼ਾਮ ਵੇ ਨਿਮਨੀਸ਼ਾ ਦਾ ਮੇਕਅਪ ਕੋਲ ਖਲੋ ਕੇ ਕਰਵਾਇਆ ਸੀ ਤਿਆਰ ਹੋ ਕੇ ਮਨਿਸ਼ਾ ਨੇ ਖੁਦ ਨੂੰ ਬਹੁਤ ਕੋਨੀ ਸ਼ੀਸ਼ਿਆਂ ਵਿੱਚ ਧੱਕਿਆ ਸੀ ਵਾਲਾਂ ਨੂੰ ਸਿਰ ਦੇ ਖੱਬੇ ਪਾਸੇ ਵੱਲੋਂ ਲਪੇਟ ਕੇ ਸੱਜੇ ਪਾਸੇ ਸਜਾਇਆ ਜੂੜਾ ਕੁਇਨ ਸ਼ੈਡੋ ਨਾਲ ਸਵਾਰੀਆਂ ਪਲਕਾਂ ਹੇਠ ਖਿੱਚ ਪਾਉ ਮੋਟੀਆਂ ਨਜ਼ਾਕਤੀ ਅੱਖਾਂ ਲਾਲ ਲਿਪਸਟਿਕ ਨਾਲ ਸ਼ਿੰਗਾਰੀ ਲਰਜ਼ਦੇ ਹੋਂਟ ਨੈਣ ਨਕਸ਼ਾ ਦੇ ਕਲਾਸੀਕੀ ਸੁਮੇਲ ਵਿੱਚੋਂ ਅਨੂਠਾ ਹੁਸਨ ਢਲਕਾ ਮਾਰ ਰਿਹਾ ਸੀ ਉਹਦੇ ਬਦਨ ਤੇ ਕਰੀਮ ਰੰਗ ਦੀ ਕੋਕਟੇਲ ਡਰੈਸ ਗਲ ਚ ਸੋਨੇ ਦੀ ਪਤਲੀ ਚੇਨ ਪੈਰਾਂ ਚ ਕਾਲੇ ਤੇ ਸੁਨਹਿਰੀ ਬਦਰੀਆਂ ਵਾਲੇ ਸੈਂਡਲ ਤੇ ਹੱਥ ਵਿੱਚ ਕਾਲਾ ਪਰਸ ਸੀ ਮਨੀਸ਼ਾ ਨੂੰ ਬਾਕੀ ਮਾਡਲਾਂ ਆਪਣੇ ਤੋਂ ਨਿੱਕੀਆਂ ਤੇ ਫਿੱਕੀਆਂ ਜਾਪੀਆਂ ਸਨ ਉਹਦੇ ਰੈਂਪ ਤੇ ਜਾਣ ਤੋਂ ਪਹਿਲਾਂ ਵੇਨ ਨੇ ਮਾਨ ਨਾਲ ਕਿਹਾ ਸੀ ਨਿਸ਼ਾ ਯੂ ਆਰ ਲੁਕਿੰਗ ਸੁਪਰਬ ਦਮਕਦਾਰ ਥਿਰਕਦਾ ਹੁਸਨ ਵੀ ਤੇ ਨਾਰੀਤਵ ਵਾਲੀ ਛੱਬ ਵੀ ਰੈਂਪ ਦੇ ਦੋਨੇ ਪਾਸੇ ਬੈਠੇ ਇਟਲੀ ਦੇ ਵਪਾਰੀ ਤੇ ਰਾਜਨੀਤਿਕ ਦੂਰੋਂ ਨੇੜਿਓਂ ਆਏ ਫੈਸ਼ਨ ਸ਼ਾਸਤਰੀ ਮੀਡੀਆਕਰ ਸ਼ਿੰਗਾਰ ਸਮਗਰੀ ਦੀਆਂ ਕੰਪਨੀਆਂ ਦੇ ਨੁਮਾਇੰਦੇ ਤੇ ਫੈਸ਼ਨ ਮੈਗਜ਼ੀਨਾਂ ਵਾਲੇ ਅਸ਼ਸ਼ਕਰ ਉਠੇ ਸਨ ਪੇਸ਼ਕਾਰੀ ਮੁਕੰਨ ਤੇ ਖੁਸ਼ੀ ਚੁੱਛਲਦੀ ਮਨੀਸ਼ਾ ਨੇ ਵੇਨ ਨਾਲ ਚੁੰਮਣ ਸਾਂਝਾ ਕੀਤਾ ਸੀ ਫੈਸ਼ਨ ਇੰਡਸਟਰੀ ਦੀਆਂ ਨਾਮਵਰ ਹਸਤੀਆਂ ਨੇ ਗੌਰਜੀਅਸ ਬਿਊਟੀ ਆਖਦੇ ਉਹਨੂੰ ਮਾਣ ਨਾਲ ਚੁੰਮਿਆ ਸੀ ਕਵਰ ਗਰਲ ਹੈਲੋ ਤੇ ਕਾਸਮੋਪੋਲੀਟਨ ਮੈਗਜ਼ੀਨਾਂ ਵਾਲਿਆਂ ਉਹਦੀਆਂ ਤਸਵੀਰਾਂ ਤੇ ਆਰਟੀਕਲ ਛਾਪਣ ਦੀਆਂ ਪਲਾਨਾਂ ਬਣਾਈਆਂ ਸਨ ਪ੍ਰਸਿੱਧ ਕੰਪਨੀ ਲੋਰੀਅਲ ਦੇ ਨੁਮਾਇੰਦੇ ਵੱਲੋਂ ਉਸ ਤੇ ਕਰੀਮਾ ਮਸਕਾਰੇ ਤੇ ਆਈ ਸ਼ੈਡਵਾਂ ਦੀਆਂ ਐਡਾ ਬਣਾਉਣ ਦੀ ਪੇਸ਼ਕਸ਼ ਆਈ ਸੀ ਸ਼ੋਹ ਦੇ ਅੰਤ ਤੇ ਜਦੋਂ ਮਨੀਸ਼ਾ ਤੇ ਵੇਨ ਹਾਲ ਤੋਂ ਬਾਹਰ ਆਏ ਤਾਂ ਉਹਨਾਂ ਨੂੰ ਸਟਾਪ ਰਾਂਚੀ ਨੇ ਸੰਸਥਾ ਦੀ ਮੈਂਬਰ ਦਿਖਾਈ ਦਿੱਤੀਆਂ ਪਹਿਲੇ ਸ਼ੋਹਾਂ ਵਾਂਗੂ ਸੰਸਥਾ ਵੱਲੋਂ ਛਾਪੇ ਨਿੱਕੇ ਨਿੱਕੇ ਕਿਤਾਬਚੇ ਵੰਡ ਰਹੀਆਂ ਸਨ ਇੱਕ ਕੁੜੀ ਦੇ ਮੂੰਹੋਂ ਕਿ ਤੂੰ ਮਨੀਸ਼ਾ ਸੁਣ ਕੇ ਉਹਨੇ ਹਾਂਚ ਗਿਆ ਕੁੜੀ ਨੇ ਇੱਕ ਮੋਟੀ ਕਿਤਾਬ ਫੜਾਈ ਤੇ ਆਖਿਆ ਕਿ ਜੈਨੀਫਰ ਨੇ ਭੇਜੀ ਹੈ ਉਹਦੇ ਪੀ ਐਚ ਡੀ ਦੇ ਥੀਸਿਸ ਫੈਸ਼ਨ ਐਂਡ ਦਾ ਰਾਂਚ ਕਲਚਰ ਦੀ ਕਾਪੀ ਹੈ ਮਨੀਸ਼ਾ ਨੇ ਧੰਨਵਾਦ ਕੀਤਾ ਤੇ ਵੇਨ ਨਾਲ ਟੈਕਸੀ 'ਚ ਜਾ ਬੈਠੀ ਪੈਰਿਸ ਦੇ ਫੈਸ਼ਨ ਸ਼ੋਅ 'ਚ ਫਸਵੇਂ ਮੁਕਾਬਲੇ ਹੋਏ ਸਨ ਮਨੀਸ਼ਾ ਸਿੰਡੀ ਕਾਲਟਨ ਤੋਂ ਕੁਝ ਹੋਰ ਮਾਡਲਾਂ ਨੂੰ ਬਿਕਨੀਆਂ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਰੈਂਪ ਤੇ ਆ ਗਈ ਹਰ ਮਾਡਲ ਆਪਣੀ ਇਂਦੇਹੀ ਭਾਸ਼ਾ ਰਹੀ ਦੂਜਿਆਂ ਨਾਲੋਂ ਵਧੀਆ ਹੋਣ ਦਾ ਦਾਵਾ ਕਰ ਰਹੀ ਸੀ ਮਾਡਲਾਂ ਦੇ ਦੋ ਗਰੁੱਪ ਬਣਾਏ ਗਏ ਸਨ ਇੱਕ ਯੂਰਪ ਦਾ ਦੂਜਾ ਉੱਤਰੀ ਅਮਰੀਕਾ ਦਾ ਉੱਤਰੀ ਅਮਰੀਕਾ ਗਰੁੱਪ ਵਿੱਚੋਂ ਮਨੀਸ਼ਾ ਤੇ ਸਿੰਦੀ ਵਧੀਆ ਅੰਕੀਆਂ ਗਈਆਂ ਸਨ ਵੋਗ ਡਿਓਰ ਟੱਚ ਤੇ ਸ਼ੇਪ ਵਰਗੇ ਨਾਮਵਰ ਮੈਗਜ਼ੀਨਾਂ ਵੱਲੋਂ ਉਹਨਾਂ ਨਾਲ ਫੋਟੋ ਸ਼ੂਟ ਤੇ ਪ੍ਰੋਗਰਾਮ ਲਿਖੇ ਗਏ ਵੋਗ ਦੇ ਫੋਟੋਸ਼ੂਟ ਚ ਮਨੀਸ਼ਾ ਨੇ ਵਕਫ ਵਕ ਡਿਜ਼ਾਈਨਰਾਂ ਦੀਆਂ ਬਿਕਨੀਆਂ ਤਾਂ ਪਾ ਲਈਆਂ ਸਨ ਪਰ ਕਾਮੁਕ ਕਦਾਵਾਂ ਵਾਲੇ ਪੋਜ਼ ਦੇਣ ਤੋਂ ਨਾਂ ਕਰ ਦਿੱਤੀ ਸੀ ਜਦਕਿ ਸਿੰਡੀ ਨੇ ਅਜਿਹੇ ਪੋਜ਼ ਖੁਸ਼ ਹੋ ਕੇ ਦਿੱਤੇ ਸਨ ਤੇ ਫਿਰ ਛੋਟੇ ਵੱਡੇ ਮੈਗਜ਼ੀਨਾਂ ਦੀ ਲੰਮੀ ਲੜੀ ਚੱਲ ਪਈ ਸੀ ਜਿਨ੍ਹਾਂ 'ਚ ਕਦੀ ਮਨੀਸ਼ਾ ਨੇ ਕਦੀ ਸਿੰਡੀ ਦੇ ਮਾਡਲਿੰਗ ਦੀਆਂ ਪ੍ਰਾਪਤੀਆਂ ਤਸਵੀਰਾਂ ਸਹਿਤ ਛਪਦੀਆਂ ਰਹਿੰਦੀਆਂ ਮਨੀਸ਼ਾ ਨੂੰ ਰੈਵਲੌਨ ਦੀਆਂ ਲਿਪਸਟਿਕਾਂ ਤੇ ਨਵ ਪਾਲਸ਼ਨ ਦੀਆਂ ਐਡਾਂ ਤੇ ਸਿੰਡੀ ਨੂੰ ਮੈਬਲਿੰਦੀ ਸ਼ਿੰਗਾਰ ਸਮਗਰੀ ਦੀਆਂ ਐਡਾਂ ਮਿਲ ਗਈਆਂ ਸਨ ਦੋਨਾਂ ਦੀ ਚਰਚਾ ਦੂਰ ਦੂਰ ਤੱਕ ਫੈਲ ਚੁੱਕੀ ਸੀ ਆਖਰ ਇਲਸਟ੍ਰੇਟਿਡ ਸਵਿਮਸੂਟ ਤੇ ਵਿਕਟੋਰੀਆ ਸੀਕਰਟ ਮਾਡਲ ਵਾਲਿਆਂ ਦੋਨਾਂ ਨੂੰ ਚੋਟੀ ਤੇ ਪਹੁੰਚਾ ਦਿੱਤਾ ਹੁਣ ਤੱਕ ਉਹਨਾਂ ਦੋਨਾਂ ਦੀਆਂ ਤਸਵੀਰਾਂ ਤੇ ਆਰਟੀਕਲ ਤਕਰੀਬਨ 3-300 ਮੈਗਜ਼ੀਨਾਂ 'ਚ ਛਪ ਚੁੱਕੇ ਸਨ ਇੰਨੇ ਮੈਗਜ਼ੀਨਾਂ 'ਚ ਛਪਨ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਨਾਲ ਕੰਮ ਕਰਨ ਤੇ ਪ੍ਰਸਿੱਧ ਕੰਪਨੀਆਂ ਦੀਆਂ ਐਡਾਂ ਕਰਨ ਦੇ ਪਹਿਲੂਆਂ ਦੇ ਆਧਾਰ ਤੇ ਜੋ ਮਸ਼ਹੂਰੀ ਦਾ ਗ੍ਰਾਫ ਬਣਦਾ ਸੀ ਉਸ ਅਨੁਸਾਰ ਮਨੀਸ਼ਾ ਤੇ ਸਿੰਡੀ ਬਰਾਬਰ ਤੇ ਸਨ ਉੱਤਰੀ ਅਮਰੀਕਾ ਦੀ ਟੌਪ ਮਾਡਲ ਦੋਨਾਂ ਵਿੱਚੋਂ ਮੂਰੇ ਨਿਕਲਣ ਵਾਲੀ ਨੇ ਬਣਨਾ ਸੀ ਅਵਾਈ ਏ ਸੀ ਕੇ ਨਿਊਯਾਰਕ ਦੇ ਹੋਣ ਵਾਲੇ ਵੱਡੇ ਸ਼ੋਅ ਤੱਕ ਮਸ਼ਹੂਰੀ ਦੀ ਦੌੜ 'ਚ ਇੱਕ ਜਣੀ ਮੂਰੇ ਨਿਕਲ ਜਾਏਗੀ ਮਨੀਸ਼ਾ ਦੀ ਇੱਕ ਮਾਡਲ ਸੇਲੀ ਨੇ ਉਹਨੂੰ ਪਲੇ ਬੁਆਏ ਮੈਗਜ਼ੀਨ 'ਚ ਨਿਊਡ ਛਪਵਾ ਕੇ ਮਸ਼ਹੂਰੀ ਦਾ ਗ੍ਰਾਫ ਉ ਤਾਂ ਲਜਾਣ ਦੀ ਸਲਾਹ ਦਿੱਤੀ ਸੀ ਪਰ ਮਨੀਸ਼ਾ ਨੇ ਸਿਰ ਫੇਰ ਦਿੱਤਾ ਸੀ ਇਹ ਗੱਲ ਜਦੋਂ ਉਹਨੇ ਵੇਨ ਨੂੰ ਦੱਸੀ ਤਾਂ ਉਹਨੇ ਕਿਹਾ ਮਨੀਸ਼ਾ ਜ਼ਮਾਨਾ ਨਗਨ ਤੇ ਕਾਮੁਕ ਸੌ ਮਾਡਲਿੰਗ ਦਾ ਆ ਗਿਆ ਹੈ A1 ਏਜੰਸੀ ਦੇ ਨਵੇਂ ਡਿਜ਼ਾਈਨਰ ਕ੍ਰੇਗ ਦੇ ਡਿਜ਼ਾਈਨ ਕੀਤੇ ਪੁਸ਼ਅਪ ਬਰਾ ਬਾਰੇ ਤੈਨੂੰ ਪਤਾ ਹੀ ਹੈ ਹਾਂ ਪਤਾ ਹੈ ਉਹੀ ਬਰਾ ਮਿਸ਼ੈਲ ਨੂੰ ਪਵਾ ਕੇ ਤੇ ਮੈਕਸੀਮਾ ਮੈਗਜ਼ੀਨ ਚ ਉਹਦੇ ਨਿਊਡ ਛਪਵਾ ਕੇ ਕ੍ਰੇਗ ਨੇ ਹੀ ਤਾਂ ਮਿਸ਼ੈਲ ਨੂੰ ਮਸ਼ਹੂਰ ਕੀਤਾ ਹੈ ਅਦੀਆਂ ਛਾਤੀਆਂ ਬਾਹਰ ਦਿਖਾਉਣ ਵਾਲਾ ਉਹ ਬਰਾ ਮਾਰਕੀਟ ਚ ਲੋਕਾਂ ਦੀ ਪਸੰਦ ਬਣ ਗਿਆ। ਬਣਾਉਣ ਵਾਲੀ ਕੰਪਨੀ ਨੇ ਮਿਲੀਅਨਸ ਡਾਲਰਾਂ ਦਾ ਬਿਜ਼ਨਸ ਕੀਤਾ ਤੇ A1 ਏਜੰਸੀ ਜੋ ਆਮ ਜੀ ਹੁੰਦੀ ਸੀ ਅੱਜ ਟੌਪ ਤੇ ਪਹੁੰਚ ਗਈ ਹੈ। ਪਰ ਵੇਨ ਆਖਰ ਟਿਕਣਾ ਤਾਂ ਕਲਾ ਨਹੀਂ ਹੈ। ਮਨੀਸ਼ਾ ਨੇ ਆਖਿਆ ਸੀ। ਮੈਨੀਸ਼ਾ ਤੂੰ ਜਾਣਦੀ ਹੈ ਮੈਂ ਅੱਜ ਤੱਕ ਕਲਾ ਦਾ ਮੂੰਹ ਨਹੀਂ ਸੀ 모ੜਿਆ। ਪਰ ਹੁਣ ਮੈਂ ਦੇਖਦਾ ਕਿ ਜੇ ਕਲਾ ਨਾਲ ਹੀ ਬੱਝਾ ਰਿਹਾ। ਤਕਰੀਕ ਵਰਗੇ ਡਿਜ਼ਾਈਨਰਾਂ ਤੋਂ ਬਹੁਤ ਪਿੱਛੇ ਰਹਿ ਜਾਵਾਂਗਾ ਮਨੀਸ਼ਾ ਨੇ ਆਪਣੇ ਅੰਦਰ ਛਾਕਿਆ ਸੀ ਕਲਾ ਗੌਰਵ ਬਰਕਰਾਰ ਸੀ ਪਰ ਜਦੋਂ ਸੈਂਡੀ ਨੇ ਪਲੇ ਬੁਆਏਟ ਨਗਨ ਤਸਵੀਰਾਂ ਛਪਵਾ ਕੇ ਟੌਪ ਮਾਡਲ ਦਾ ਟਾਈਟਲ ਚਪਟਿਆ ਤਾਂ ਮਨੀਸ਼ਾ ਦਾ ਕਲਾ ਗੌਰਵ ਝੰਬਿਆ ਗਿਆ ਸੀ ਕੋਈ ਨਹੀਂ ਮੰਨ ਅਗਲੀ ਵਾਰ ਸਹੀ ਧੀਰਜ ਧਰਦਿਆਂ ਉਹਨੇ ਭਵਿੱਖ ਤੇ ਟੇਕ ਰੱਖ ਲਈ ਸੀ ਤੇ ਫਿਰ ਆ ਗਿਆ ਸੀ ਲਾਸ ਏਂਜਲਸ ਦਾ ਵੱਡਾ ਫੈਸ਼ਨ ਸ਼ੋਅ ਸ਼ੋਬਰੀ ਫੋਨ ਤੇ ਖਬਰ ਦਿੰਦੇ ਵੇਨ ਨੇ ਕਿਹਾ ਸੀ ਮਨੀਸ਼ਾ ਇਸ ਸ਼ੋਚ ਤੈਨੂੰ ਟਾਪ ਮਾਡਲ ਬਣਾਉਣ ਲਈ ਮੈਂ ਡਟ ਕੇ ਜ਼ੋਰ ਲਾਵਾਂਗਾ ਤੂੰ ਡਿਸਰਵ ਫੋਨ ਦੀ ਕੰਟੀਨਿਊ ਮਨੀਸ਼ਾ ਨੂੰ ਅਤੀਤ ਵਿੱਚੋਂ ਵਰਤਮਾਨ 'ਚ ਲੈ ਆਂਦਾ ਵੇਨ ਬੋਲ ਰਿਹਾ ਸੀ ਹਾਏ ਮਨੀਸ਼ਾ ਤੇਰੀ ਕਾਲ ਰਿਟਰਨ ਕਰ ਰਹੀ ਆ ਆ ਗਿਆ ਚੇਤਾ ਮਨੀਸ਼ਾ ਹਿਰਕ ਨਾਲ ਭਰੀ ਸੀ ਸੌਰੀ ਮਨੀਸ਼ਾ ਤੇਰੀਆਂ ਦੋਨੋਂ ਕਾਲਾਂ ਸਮੇਂ ਮੈਂ ਮੀਟਿੰਗਾਂ 'ਚ ਸੀ ਪਹਿਲਾਂ ਕੋਆਰਡੀਨੇਟਰ ਤੇ ਫਿਰ ਸ਼ੂਟ ਰਿਡਿਊਸਰਾਂ ਨਾਲ ਤੇ ਹੁਣ ਡੋਮਿਨਿਕਾ ਦਾ ਫੋਟੋਸ਼ੂਟ ਵਾਟ ਮਨੀਸ਼ਾ ਨੂੰ ਜਿਵੇਂ ਠੂਏ ਨੇ ਡੰਗ ਮਾਰਿਆ ਹੋਵੇ ਡੋਮਿਨਿਕਾ ਦਾ ਵੋਗ ਨਾਲ ਫੋਟੋਸ਼ੂਟ ਕਰਵਾ ਰਹੀ ਮਨੀਸ਼ਾ ਦੇ ਕਾਲਜ ਹਾਲ ਪਿਆ ਉਹਦੇ ਕੰਨਾਂ 'ਚ ਸਵੇਰੇ ਈਵਾ ਦੀ ਕਹੀ ਗੱਲ ਵੇਨ ਡੋਮਿਨਿਕਾ ਨੂੰ ਚੁੱਕ ਰਿਹਾ ਗੂੰਜ ਗਈ ਪ੍ਰਸਿੱਧ ਫੈਸ਼ਨ ਮੈਗਜ਼ੀਨ ਵੋਗ 'ਟ ਡੋਮਿਨਿਕਾ ਦੀਆਂ ਤਸਵੀਰਾਂ ਛਪਣ ਨਾਲ ਉਹਦੀ ਚੜਤ ਨੂੰ ਉੱਪਰਾਂ ਚੀਤਵ ਗਈ ਤੂੰ ਕਿਵੇਂ ਆਸਤੋ ਬੋਲੀ ਤੂੰ ਸਵੇਰੇ ਨਹੀਂ ਦੱਸਿਆ ਉਦੋਂ ਅਜੇ ਵੋਗ ਵੱਲੋਂ ਹਾਨੀ ਸੀ ਹੋਈ ਫਿਰ ਤੂੰ ਦੱਸ ਕੀ ਗੱਲ ਹੈ ਮੈਨੂੰ ਪੱਤਿਆਂ ਵਾਲੀ ਆਈਟਮ ਤੋਂ ਛੋਟ ਚਾਹੀਦੀ ਹੈ ਤਣਾਅ ਚ ਮਿੱਧੀ ਹੋਈ ਮੈਨੀਸ਼ਾ ਨੇ ਆਖਿਆ ਹੋਲੀ স্মੋਕ ਤੂੰ ਅਜੇ ਉਸੇ ਚੱਕਰ ਚ ਫਸੀ ਪਈ ਹੈ ਬਹੁਤ ਮਾੜੀ ਗੱਲ ਹੈ ਹੈਰਾਨੀ ਤੇ ਹਿਰਕ ਪ੍ਰਗਟਾਉਂਦਾ ਵੇਨ ਬੋਲਿਆ ਤੈਨੂੰ ਚੰਗਾ ਭਲਾ ਪਤਾ ਹੈ ਕਿ ਇਹ 쇼 ਮੇਰੇ ਤੇ ਏਜੰਸੀ ਲਈ ਹੀ ਨਹੀਂ ਤੇਰੇ ਲਈ ਵੀ ਮਹੱਤਵਪੂਰਨ ਹੈ ਤੇਰਾ ਟਾਪ ਮਾਡਲ ਦਾ ਮਾਮਲਾ ਹੈ ਤੇ ਜੇ ਆਮ ਜਿਹਾ ਸ਼ੋਅ ਹੁੰਦਾ ਤਾਂ ਮੈਂ ਛੋਟ ਦੇ ਦਿੰਦਾ ਤੈਨੂੰ ਇਹ ਆਈਟਮ ਕਰਨੀ ਪੈਣੀ ਹੈ ਪਰ ਮੇਰਾ ਦਿਲ ਨਹੀਂ ਮੰਨਦਾ ਮੰਨ ਜਾਏਗਾ ਮੈਂ ਇਹਨਾਂ ਨੂੰ ਫੋਨ ਕਰ ਦਿੰਦਾ ਉਹ ਮਿਰਵਾਨਾ ਫੜਾ ਜਾਏਗੀ ਇਸ ਨਸ਼ੇ ਦੀ ਆਦੀ ਹੋ ਚੁੱਕੀ ਹੈ ਨਾ ਉਸੇ ਹੋਟਲ 'ਚ ਠਹਿਰੀ ਹੋਈ ਵੇਨ ਦੇ ਸਖਤ ਲਹਿਜੇ ਤੇ ਡੋਮਿੰਕਾ ਦੀ ਚੜਤ ਦੇ ਸਾੜੇ ਨੇ ਮਨੀਸ਼ਾ ਅੰਦਰ ਰੋ ਭਰ ਦਿੱਤਾ ਉਹਨੂੰ ਵੇਨ ਦੀਆਂ डोमिनिका ਨਾਲ نزدਕियां ਬਾਰੇ ਪਤਾ ਤਾਂ ਸੀ ਪਰ ਚਿੰਤਾ ਨਹੀਂ ਸੀ ਵੇਨ ਖੁੱਲੀ ਜ਼ਿੰਦਗੀ ਜਿਉ ਰਹੀਆ ਸੀ ਪਹਿਲਾਂ ਵੀ ਦੋ ਕੁ ਮਾਡਲਰ ਨਾਲ ਉਹਦੀ ਨੇੜਤਾ ਬਣ ਚੁੱਕੀ ਸੀ ਇੱਕ ਮਾਡਲ ਨੇ ਤਾਂ ਇਹ ਚੱਕਰ ਚਲਾਇਆ ਹੀ ਮਨੀਸ਼ਾ ਦੀ ਨੰਬਰ 1 ਪੋਜੀਸ਼ਨ ਖੋਣ ਵਾਸਤੇ ਸੀ ਪਰ ਵੇਨ ਨੇ ਉਹਦੀ ਚਾਲ ਚੱਲਣ ਨਹੀਂ ਸੀ ਦਿੱਤੀ ਪ੍ਰੰਤੂ ਹੁਣ ਡੋਮਿਨਿਕਾ ਦੇ ਮਾਮਲੇ 'ਚ ਉਹ ਰਜ਼ਾਮੰਦ ਹੋਇਆ ਜਾਪਦਾ ਸੀ ਇਸ ਪਿੱਛੇ ਉਹਦਾ ਮੰਤਵ ਵੀ ਮਨੀਸ਼ਾ ਨੂੰ ਨਜ਼ਰ ਆ ਰਿਹਾ ਸੀ ਨਗੰਤਾ ਕਾਮੁਕਤਾ ਵਾਲੀਆਂ ਆਟਮਾ ਆਈਟਮਾਂ ਨੂੰ ਚਮਲ ਚਮਲ ਕੇ ਕਰਨ ਵਾਲੀ ਵਾਲੀਆਂ ਡੋਮਿੰਕਾ ਵਰਗੀਆਂ ਹੁਸੈਨ ਮਾਡਲਾਂ ਨੂੰ ਅੱਗੇ ਲਿਆ ਕੇ ਵੇਨ ਬਿਜ਼ਨਸ ਦੇ ਉੱਪਰਲੇ ਜੋੜਾਂ 'ਚ ਪਹੁੰਚਣਾ ਚਾਹੁੰਦਾ ਸੀ ਛਡਾ ਲਵੇ ਆਪਣੀ ਬਿਜ਼ਨਸ ਦੀ ਗੱਡੀ ਤੇ ਫक्कन ਡੋਮਿੰਕਾ ਦੀਵੀ ਦਾ ਹੈਲ ਵਿਦ ਥਮ ਮਨੀਸ਼ਾ ਦਾ ਰੂਹ ਵਿਦਰੋਹ ਬਦਲ ਗਿਆ ਉਨੇ ਸੋਚ ਪਾਗਣਾ ਲੈਣ ਦੀ ਸੋਚ ਲਈ ਤੇ ਵੇਨ ਤੇ ਐਰਿਕ ਨੂੰ ਕੜਕਵੀਂ ਈਮੇਲ ਲਿਖਣ ਲਈ ਲੈਪਟਾਪ ਉਠਾ ਲਿਆ ਉਸੇ ਪਲ ਦਰਵਾਜ਼ੇ ਤੇ دستਕ ਹੋਈ ਉਹਨੇ ਦਰਵਾਜ਼ਾ ਖੋਲ੍ਹਿਆ ਐਨਾ ਸੀ ਮਹਿਰਵਾਨਾ ਵਾਲਾ ਲਿਫਾਫਾ ਫੜਾਉਂਦੇ ਹਾਂ ਬੁਲੀ ਹੈਈ ਮਨੀਸ਼ਾ ਐਤ ਕੀ ਨਾਂ ਜਾਣਦੇ ਟੌਪ ਮਾਡਲ ਦਾ ਟਾਈਟਲ ਪੂਰਾ ਜ਼ੋਰ ਲਾ ਦੇ ਗੁੱਡ ਲੱਕ ਐਨਾ ਦੀ ਸ਼ੁਭ ਕਾਮਨਾ ਨੇ ਮਨੀਸ਼ਾ ਨੂੰ ਮੌਮ ਦੀ ਸ਼ੁਭ ਕਾਮਨਾ ਯਾਦ ਕਰਵਾ ਦਿੱਤੀ ਸਵੇਰੇ ਘਰੋਂ ਤੁਰਨ ਵੇਲੇ ਮਾਮ ਨੇ ਕਿਹਾ ਸੀ ਭਗਵਾਨ ਤੇਰਾ ਟਾਪ ਮਾਡਲ ਦਾ ਸੁਪਨਾ ਪੂਰਾ ਕਰੇ ਸੁਪਨੇ ਦੀ ਪੂਰਤੀ ਚਿਤਵਦਿਆ ਮਨੀਸ਼ਾ ਨੇ ਮਾਮ ਨੂੰ ਜੱਫੀ ਪਾ ਲਈ ਸੀ ਤੇ ਹੁਣ ਉਸ ਸੁਪਨੇ ਨੂੰ ਪਹਿੰਦੇ ਝਟਕਿਆਂ ਕਾਰਨ ਜਾਂ ਪਤਾ ਨਹੀਂ ਕਿਵੇਂ ਮਨੀਸ਼ਾ ਅੰਦਰਲੀ ਦੂਜੀ ਮਨੀਸ਼ਾ ਜਾਗ ਪਈ ਜਾ ਕੇ ਮਾਮ ਨੂੰ ਕੀ ਦੱਸੇਗੀ 쇼 ਵਿੱਚੋਂ ਇਸ ਤਰ੍ਹਾਂ ਗੈਰਹਾਜ਼ਰ ਹੋਣਾ ਕੰਟਰੈਕਟ ਤੇ ਏਜੰਸੀ ਦੇ ਨਿਯਮਾਂ ਦੀ ਉਲੰਘਣਾ ਤੇਰੀ ਜੌਬ ਜਾ ਸਕਦੀ ਏ ਵੇਨ ਤਿਆਰਿਕ ਤੇਰੇ ਤੇ ਖਰਜਾਨੇ ਦਾ ਮੁਕਦਮਾ ਕਰ ਸਕਦੇ ਨੇ ਇੰਨੀ ਜਦੋਜਹਿਦ ਕੀਤੀ ਤੇ ਆਖਰ ਖਟਿਆ ਕੀ ਪਿਛਲੀ ਵਾਰੀ ਤੂੰ ਸਿੰਡੀ ਤੋਂ ਬਾਜੀ ਹਾਰੀ ਹੁਣ ਆਪ ਵੀ ਮਿਸ਼ੈਲ ਵਾਸਤੇ ਮੈਦਾਨ ਛੱਡ ਰਹੀ ਐ ਤੇ ਦੇਖ ਲਈ ਅਗਲੀ ਬਾਜੀ ਡੋਮਿਨਿਕਾ ਮਾਰ ਜਾਏਗੀ ਇਹੋ ਜਿਹੀਆਂ ਬਾਜ਼ੀਆਂ ਮੇਰੇ ਲਈ ਕੋਈ ਮਾਣੇ ਨਹੀਂ ਰੱਖਦੀਆਂ ਉਹਦੇ ਕਲਾ ਗੌਰਵ ਨੇ ਸਿਰ ਝੁਕ ਲਿਆ ਤਾਂ ਫਿਰ ਹੋਈ ਜਾਣ ਦੇ ਜੋ ਕੁਝ ਹੁੰਦਾ ਹੈ ਵਾਟ ਅ ਹਾਰੀਬਿਲਟੀ ਦੁਬਿਧਾ ਚ ਨਿਪੇੜ ਹੁੰਦੀ ਉਹ ਬੁੜਬੜਾਈ। ਉਹਦੀ ਸੋਚ ਵਿੱਚ ਅਚਾਨਕ ਹੀ ਪਿਤਾ ਦੇ ਪਤੀ ਆਖ ਲੋਏ। ਤਾਨੇ ਜੇ ਦਿੰਦੇ ਜਿਵੇਂ ਕਹਿ ਰਹੇ ਹੁਣ ਦੇਖ ਲਿਆ ਜਲਵਾ ਮਾਡਲਿੰਗ ਦਾ ਮਾਰ ਲੈ ਮਾਰ ਕੇ। ਮਨੀਸ਼ਾ ਦੀ ਧੌਣ ਦੀਆਂ ਨਾੜਾਂ ਦਾ ਖਸਾਸ ਸਿਰ 'ਚ ਪਹੁੰਚ ਰਿਹਾ ਸੀ। ਉਹਨੇ ਦੋਨਾਂ ਹੱਥਾਂ ਨਾਲ ਸੇਰ ਕੋਟ ਲਿਆ ਪਰ ਸਿਰ ਪਾਟਦਾ ਜਾ ਰਿਹਾ ਸੀ। ਉਹਦੇ ਹੱਥ ਮਹਿਰਵਾਨਾ ਹਿਲ ਵੱਧ ਗਏ। ਛੇਤੀ ਉਹਨੂੰ ਉਦਾਸੀ ਦੇ ਹੁਲਾਰੇ ਮਹਿਸੂਸ ਹੋਣ ਲੱਗ ਪਏ। रिहर्सल ਦਾ ਟਾਈਮ ਹੋ ਰਿਹਾ ਸੀ ਉਹਨੇ ਜ਼ਰੂਰੀ ਚੀਜ਼ਾਂ ਬੈਗ ਚ ਪਾਈਆਂ ਤੇ ਟੈਕਸੀ ਲੈ ਕੇ ਹਾਲ 'ਚ ਪਹੁੰਚ ਗਈ। ਜਗਮਗਾ ਰਹੇ ਸ਼ਾਨਦਾਰ ਹਾਲ 'ਚ ਬਣੇ ਲੰਬੇ ਚੌੜੇ ਰੈਂਪਦਵਾਲੇ ਬੈਠੇ ਵੱਡੇ ਵੱਡੇ ਵਪਾਰੀ, ਮੀਡੀਆਕਰ, ਫੈਸ਼ਨ ਸ਼ਾਸਤਰੀ, ਸਰਕਾਰੀ ਮਹਿਮਾਨ, ਹਾਲੀਵੁੱਡ ਦੇ ਕੁਝ ਸਟਾਰ ਤੇ ਚੌਵੰਵੇਂ ਦਰਸ਼ਕ ਸ਼ੋਅ ਸ਼ੁਰੂ ਹੋਣ ਦੀ ਉਡੀਕ 'ਚ ਸਨ। ਟੌਪ ਮਾਡਲ ਦਾ ਫੈਸਲਾ ਕਰਨ ਵਾਲੇ ਜੱਜ ਇੱਕ ਵੱਖਰੀ ਕੈਬਿਨ 'ਚ ਬੈਠੇ ਸਨ। ਉਹ ਪੰਜ ਸਨ। ਉਤਰੀ ਅਮਰੀਕਾ ਦੀ ਪ੍ਰਸਿੱਧ ਵਸਤਰ ਕੰਪਨੀ ਗ੍ਰੇਸ ਦਾ ਮਾਲਿਕ ਰੋਬਿਨ ਜਲਵੇਗਰ ਵੇਨ ਫਿਲਿਪ ਇੱਕ ਹੋਰ ਫੈਸ਼ਨ ਡਿਜ਼ਾਈਨਰ ਹਾਲੀਵੁੱਡ ਸਟਾਰ ਲੀਨਾ ਹੈਂਡਰਸਨ ਤੇ ਪਿਛਲੀ ਵਾਰ ਦੀ ਟੌਪ ਮਾਡਲ ਸਿੰਡੀ ਕਾਰਲਟਨ ਚੇਅਰਪਰਸਨ ਜਲਵੇਗਰ ਸੀ ਸ਼ੋਅ ਰੰਬ ਹੋਇਆ ਪਹਿਲੀ ਆਈਟਮ ਪੋਲ ਡਾਂਸ ਦੀ ਸੀ ਜਿਸ ਵਿੱਚ ਸਿੰਡੀ ਡੋਮਿਨਿਕਾ ਤੇ ਹੋਰ ਮਾਡਲਾਂ ਨੇ ਕਮਕਤਾ ਦੀ ਖੂਬ ਖੁਲਰੀ ਪਾਈ ਅਗਲੀਆਂ ਆਈਟਮਾਂ ਵਿੱਚ ਮਾਡਲਾਂ ਆਪਣੇ ਆਪਣੇ ਫੈਸ਼ਨ ਡਿਜ਼ਾਈਨਰਾਂ ਦੀਆਂ ਤਿਆਰ ਕੀਤੀਆਂ ਨਵੀਆਂ ਨਵੇਕਲੀਆਂ ਪੁਸ਼ਾਕਾਂ ਚ ਸਜ ਕੇ ਪੇਸ਼ ਹੋਈਆਂ। ਮਿਸ਼ੈਲ ਨੇ ਪੂਰੀ ਵਾਹ ਲਾਈ ਪਰ ਉਹਦੀ ਅਤ ਬੇਬਾਕ ਸ਼ੈਲੀ ਮਨੀਸ਼ਾ ਦੀ ਸੋਝਮਈ ਸ਼ੈਲੀ ਜਿੰਨਾ ਟੁੰਗਾ ਪ੍ਰਭਾਵਨਾ ਪਾ ਸਕੇ। ਆਖਰੀ ਆਈਟਮ ਪੱਤਿਆਂ ਵਾਲੀ ਸੀ। ਮਨੀਸ਼ਾ ਅੰਦਰ ਕੰਬਣੀ ਛਿੜ ਪਈ। ਪਰਦੇ ਨਾਲ ਮੈਰੀਆਨਾ ਦੇ ਸੂਟੇ ਲਾ ਕੇ ਉਹ ਕੁਝ ਕਾਇਮ ਹੋ ਗਈ। ਆਮ ਮਾਡਲਾਂ ਤੋਂ ਬਾਅਦ ਮਿਸ਼ੈਲ ਰੈਂਪ ਤੇ ਚੜੀ। ਖਰਮਸਤੀ ਜਦਾਂ ਅੰਗਾਂਗ ਨੱਚ ਰਹੀ ਸੀ ਬਹਿਕਵੇਂ ਅੰਦਾਜ਼ 'ਚ ਛਾਤੀ ਦੇ ਦੋਨਾਂ ਪੱਤਿਆਂ ਨੂੰ ਉਂਗਲਾਂ ਨਾਲ ਉਲਾਰਦਿਆਂ ਉਹ ਆਪਣੀ ਗੇਮ ਦੇ ਪੱਤੇ ਪੂਰੇ ਜੋਸ਼ ਨਾਲ ਖੇਡ ਰਹੀ ਸੀ ਮਿਸ਼ੈਲ ਤੋਂ ਬਾਅਦ ਮਨੀਸ਼ਾ ਦੀ ਵਾਰੀ ਸੀ ਉਹ ਰੈਮ ਤੇ ਮਟਕ ਨਾਲ ਟੁਰ ਰਹੀ ਸੀ ਪਰ ਨਗਰਤਾ ਦਾ ਬੋਝ ਉਹ ਤੋ ਉਠਾਇਆ ਨਹੀਂ ਸੀ ਜਾ ਰਿਹਾ ਅੰਦਰੋਂ ਉੱਠੇ ਬੋਲ ਚੱਲ ਨਹੀਂ ਜਿੰਦੇ ਉਹਨੂੰ ਕੁਝ ਹੌਸਲਾ ਜਿਹਾ ਦੇ ਰਹੇ ਮਹਿਰਵਾਨਾ ਨੇ ਮੁਕਾਬਲੇ ਦਾ ਜੋਸ਼ ਦਿੱਤਾ ਸ਼ਰਮ ਨਜ਼ਾਕਤ ਚ ਬਦਲ ਗਈ ਤੇ ਨਜ਼ਾਕਤ ਰੰਗੀ ਮਟਕਨੇ ਕ ਨੂੰ ਠਾਈ ਪ੍ਰਭਾਵ ਸਿਰਜ ਦਿੱਤਾ ਸ਼ੋਹ ਦੇ ਅੰਤ ਵਿੱਚ ਪ੍ਰਮੁੱਖ ਹਸਤੀਆਂ ਨੇ ਆਪਣੇ ਭਾਸ਼ਣਾ ਚ ਇਸ ਸ਼ੋਹ ਦੀ ਖੂਬ ਪ੍ਰਸ਼ੰਸਾ ਕੀਤੀ ਇਹਨੂੰ ਫੈਸ਼ਨ ਸ਼ੋਆਂ ਦੇ ਖੇਤਰ ਚ ਨਵੇਂ ਆਯਾਮ ਜੋੜਨ ਵਾਲਾ ਫੈਸ਼ਨ ਸ਼ੋ ਆਖਿਆ ਤੇ ਫਿਰ ਟਾਪ ਮਾਡਲ ਦਾ ਐਲਾਨ ਕਰਨ ਲਈ ਰੌਬਿਨ ਜਲਵੇਗਰ ਸਟੇਜ ਤੇ ਆਜ਼ਰ ਹੋਇਆ ਮਨੀਸ਼ਾ ਨੂੰ ਆਪਣੀ ਇੱਕ ਇੱਕ ਆਈਟਮ ਦੀ ਪੇਸ਼ਕਾਰੀ ਤੇ ਤਸੱਲੀ ਸੀ ਵਿਸ਼ਵਾਸ ਸੀ ਉਹ ਆਪਣੇ ਸੁਪਨਿਆਂ ਦੇ ਖੰਭਾਂ ਤੇ ਉੱਡ ਰਹੀ ਸੀ ਪਰ ਜਲਵੇਗਰ ਦੇ ਸੁਣਾਏ ਫੈਸਲੇ ਨੇ ਉਹਦੇ ਸੁਪਨੇ ਫਨਾ ਕਰ ਸੁੱਟੇ ਆਕਾਸ਼ ਤੋਂ ਪਤਾਲ ਚ ਜਾ ਡਿੱਗੀ ਸੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਉਹਦੇ ਸੈੱਲ ਫੋਨ ਦੀ ਘੰਟੀ ਵੱਜੀ ਵੱਜੀ ਗਈ ਉਹਨੇ ਕੋਈ ਹੰਗਾਰਾ ਨਾ ਪਰਿਆ ਦੂਜੀ ਵਾਰ ਫੇਰ ਜਦੋਂ ਤੀਜੀ ਵਾਰ ਫੋਨ ਖੜਕਿਆ ਤਾਂ ਕਸੀਸ ਦੀ ਵਟਦੇ ਉਹਨੇ ਫੋਨ ਚੁੱਕਿਆ ਮਰਨੂਆਸਟ ਹੈਲੋ ਕਿਹਾ ਹਾਈ ਮੈਨੇਜਰ ਮੈਯਵਾ ਬੋਲ ਰਹੀ ਆ ਕੌਣ ਬਣੀ ਟੌਪ ਮਾਡਲ ਕੁੱਤੀ ਮਿਸ਼ੈਲ ਮਨੀਸ਼ਾ ਨੇ ਵੀ ਸਕੋਲੀ ਮੈਨੂੰ ਪਹਿਲੇ ਹੀ ਪਤਾ ਸੀ ਕਿਵੇਂ ਸਵੇਰੇ ਜਦੋਂ ਮੈਂ ਹੋਟਲ ਮੋਰੇ ਤੈਨੂੰ ਮਿਲੀ ਸੀ ਉਦੋਂ ਮਿਸ਼ੈਲ ਦੀ ਸਪਾਈਂਗ ਕਰ ਰਹੀ ਸੀ ਤੇਰੇ ਕੋਲੋਂ ਉੱਠ ਕੇ ਮੈਂ ਇਹਦਾ ਪਿੱਛਾ ਕੀਤਾ ਇਹ ਰੋਬਿਨ ਜਲਵੇਗਰ ਕੋਲ ਗਈ ਸੀ ਦੇਹੀ ਜਸ਼ਨ ਮਨਾਉਣ ਤੇ ਈਵਾ ਦਾ ਫੋਨ ਬੰਦ ਹੋ ਗਿਆ ਬਲੈਡੀ ਬਿਚ ਬੇਸੁਰਤੀ ਜਿਹੀ ਚੁਰਸੀ ਤੇ ਟੱਠੀ ਮਨੀਸ਼ਾ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਮਿਸ਼ੈਲ ਨੂੰ ਕੋਸ ਰਹੀ ਸੀ ਜਾਂ ਉਹਦਾ ਕਲਾ ਗੌਰਵ ਉਹਨੂੰ ਆਪੋ ਨੂੰ ਕੋਸ ਰਿਹਾ ਸੀ ਧੰਨਵਾਦ ਸਮਾਪਤ